और बहुत ही अच्छा प्लेयर ਸੀ ਸਾਡਾ ਤੇ انسان ਵੀ ਬਹੁਤ ਅੱਛਾ ਸੀ ਮਜ਼ਾਈਆ انسان ਸੀ ਚਲਾ ਗਿਆ ਦੁਨੀਆ ਤੋਂ ਤੇ ਹਰ ਦਿਲ ਦੇ ਵਿੱਚ ਵਸਿਆ ਹੈ ਬਿਲਕੁਲ ਕੋਈ ਵੀ ਮਤਲਬ ਅਸੀਂ ਇੱਕ ਪੇਜ ਖੋਲਦੇ ਹਾਂ ਸੋਸ਼ਲ ਮੀਡੀਆ ਦਾ ਤੇ ਉਹਦੇ ਉੱਤੇ ਸ਼ਕੀਲ ਜਾਟੀ ਆ ਰਿਹਾ ਹੈ ਕਿਉਂਕਿ ਜਿੰਨਾ ਉਹ ਆਵਾਮ ਨੂੰ ਪਸੰਦ ਕਰਦੇ ਸੀ ਆਵਾਮ ਉਹਨਾਂ ਨੂੰ ਦੁਗਣਾ ਪਸੰਦ ਕਰਦੀ ਹੈ ਤੇ ਮੈਂ ਤੇ ਇਹੀ ਆਨਾ ਹੈ ਕਿ ਜਦੋਂ ਮੈਚ ਸੀ ਮਤਲਬ ਅਗਰ ਬਾਰਿਸ਼ ਹੋ ਜਾਂਦੀ ਤੇ ਫਿਰ ਵੀ ਉਹ ਡਿਲੇ ਹੋਣਾ ਸੀ ਬਿਲਕੁਲ ਅੱਲਾ ਨਾ ਕਰੇ ਜਿਹੜੇ ਉੱਤੇ ਅਫਸਰਾਨ ਹਜ਼ਰਤ ਸੀ ਜਿਹੜੇ ਕਰਵਾ ਰਹੇ ਸੀ ਉਹਨਾਂ ਦੇ ਨਾਲ ਕੋਈ ਇਸ ਤਰ੍ਹਾਂ ਦਾ ਮੌਕਾ ਆ ਜਾਂਦਾ ਤੇ ਫਿਰ ਵੀ ਉਹਨਾਂ ਨੇ ਡਿਲੇ ਕਰ ਦੇਣਾ ਸੀ ਬਿਲਕੁਲ ਕਰਦੇ ਤੇ ਉਹਨਾਂ ਨੇ ਕਬੱਡੀ ਵਾਸਤੇ ਸਾਰਾ ਕੁਝ ਕੀਤਾ ਹੈ ਕਬੱਡੀ ਵਾਸਤੇ ਉਹ ਆਪਣੇ ਆਪ ਨੂੰ ਭੁੱਲੇ ਰਹੇ ਨੇ ਆਪਣੇ ਖਾਸ ਜਿਹੜੇ ਨੇ ਉਹਨਾਂ ਨੂੰ ਭੁੱਲ ਕੇ ਉਹਨਾਂ ਸਾਰਾ ਕੁਝ ਕਬੱਡੀ ਵਾਸਤੇ ਕੀਤਾ ਹੈ ਤੇ ਫਿਰ ਇਹਨਾਂ ਨੂੰ ਡਿਲੇ ਕਰਨਾ ਚਾਹੀਦਾ ਸੀ ਮੈਚ ਡਿਲੇ ਕਰਕੇ ਅੱਗੇ ਕਰ ਦਿੰਦੇ ਉਹਦਾ ਜਨਾਜ਼ਾ ਪੜਦੇ ਸਾਰੇ ਸੀਨੀਅਰ ਹਜ਼ਰਤ ਨੇ ਅਸੀਂ ਕਿਸੇ ਨੂੰ ਕੋਈ ਮਤਲਬ ਨਾਮਿਨੇਟ ਨਹੀਂ ਕਰ ਰਹੇ ਹੈਗੇ ਕਿ ਇਹਨੇ ਕਿਉਂਕਿ ਜਿਹੜੇ ਗਏ ਨੇ ਜਨਾਜ਼ੇ ਤੇ ਉਹਨਾਂ ਦਾ ਵੀ ਪਿਆਰ ਸੀ ਜਿਹੜੇ ਨਹੀਂ ਗਏ ਤੇ ਉਹ ਅਸੀਂ ਆਨੇਕ ਉਹਨਾਂ ਨੂੰ ਜਾਣਾ ਚਾਹੀਦਾ ਸੀ ਕਿਉਂਕਿ ਉਹਨਾਂ ਦਾ ਇਸ ਮੌਕੇ ਤੇ ਜਾਣਾ ਬਣਦਾ ਅਗਰ ਗਏ ਹੀ ਨਹੀਂ ਸੀ ਠੀਕ ਹੈ ਨਹੀਂ ਗਏ ਹੋ ਮਜਬੂਰੀ ਬਣ ਗਈ ਉਹਨਾਂ ਦੀ ਜਾਂ ਕੋਈ ਲੇਕਿਨ ਉਹਨਾਂ ਨੂੰ ਫਿਰ ਮੈਚ ਇਸ ਤਰੀਕੇ ਦੇ ਨਾਲ ਖੇਲਣਾ ਚਾਹੀਦਾ ਸੀ ਕਿ ਹਰ ਮੌਕੇ ਦੇ ਉਤੇ ਉਹਨਾਂ ਨੂੰ ਸ਼ਕੀਲ ਨੂੰ ਯਾਦ ਰੱਖਣਾ ਚਾਹੀਦਾ ਸੀ ਖੇਲ ਦੇ ਬਾ ਇਸ ਤਰੀਕੇ ਦੇ ਨਾਲ ਉੱਥੇ ਚਲੇ ਜਾਂਦੇ ਘਰ ਇਹ ਲੁੱਡੀਆਂ ਪਾਉਣੀਆਂ ਭੰਗੜੇ ਪਾਉਣੇ ਯਾਰ ਖੇਲ ਕੇ ਜਿੱਤੇ ਨੇ ਜਿੱਤ ਕੇ ਖੁਸ਼ੀ ਤੇ ਹੁੰਦੀ ਹੈ ਲੇਕਿਨ ਇੱਕ ਪਾਸੇ ਖੁਸ਼ੀ ਹੋਵੇ ਇੱਕ ਪਾਸੇ ਗਮ ਹੋਵੇ ਤੇ ਫਿਰ ਗਮ ਨੂੰ ਵੇਖਣਾ ਚਾਹੀਦਾ ਖੁਸ਼ੀ ਹੋਣਾ ਹੈ ਅਸਲਾਮੁਅਲੈਕਮ ਨਾਜ਼ਰੀਨ ਤੁਸੀਂ ਵੇਖ ਰਹੇ ਹੋ ਦਿਹਾਤੀ ਟੈਲੈਂਟ ਪਾਕਿਸਤਾਨ ਖਾਲਿਦ ਹੁਸੈਨ ਤੁਹਾਡੀ ਖਿਦਮਤ ਹਾਜ਼ਰ ਫਿਰ ਬਹੁਤ ਹੀ ਤਕੜਾ ਇੰਟਰਵਿਊ ਲੈ ਕੇ ਆਇਆ नैशनल कबड्डी प्लेयर तो मुलाकात करवाद फैसलाबाद ना के बहुत ही तकड़े स्टॉपर भी रहे ने रेडर भी रहे हैं और काफ़ी अरसा गेम तो दूर रहे अज इन्होंने को भी पूछागे गेम तो दूर किस वजह तो रहे जे कि इंजरी हुई थी और कितने खेडे जे कबड्डी का आगाज़ किए किया अच्छी मुलाकात तो करवाने भई अलताफ़ हुसैन ने असलामैकम जी वालम असलम जी भाजी की हाल चाल है ठीक ठाक हो जी अल्लाह का शुक्र ठीक ठाक हालत भाई तुम्हें सुनाओ ਤਬੀ ਤਾਂ ਠੀਕ ਨੇ ਬਿਲਕੁਲ ਠੀਕ ਅੱਲਾ ਪਾਕ ਦਾ ਸ਼ੁਕਰ ਹੈ ਰਾਜੀ ਬਾਜੀ ਤੁਸੀਂ ਸੁਣਾਓ ਠੀਕ ਠਾਕ ਸ਼ੁਕਰ ਹੈ ਅੱਲਾ ਦਾ ਸਭ ਤੋਂ ਪਹਿਲੇ ਤੇ ਬੜੀ ਠੰਡੇ ਕੀ ਮਹਿਸੂਸ ਹੋ ਰਿਹਾ ਠੰਡ ਦੇ ਵਿੱਚ ਟ੍ਰੇਨਿੰਗ ਬੜੀ ਔਖੀ ਹੁੰਦੀ ਹੋਣੀ ਹੈ ਪਹਿਲਵਾਨੀ ਔਖੀ ਸੌਖੀ ਨਹੀਂ ਜੀ ਪਹਿਲਵਾਨੀ ਹੈਗੀ ਤੇ ਔਖੀ ਹੈ ਲੇਕਿਨ ਜਿੰਨੇ ਖੇਲਣੀ ਹੈ ਸ਼ੌਕ ਵਾਸਤੇ ਖੇਲਣੀ ਹੈ ਉਹਨੇ ਤੇ ਫਿਰ ਬਾਰਿਸ਼ ਹੋਵੇ ਮਹੀਆ ਹੋਵੇ ਉਹਨੇ ਆਪਣੀ ਮਿਹਨਤ ਕਰਨੀ ਕਰਨੀ ਹੈ ਤੇ ਠੰਡ ਦੇ ਵਾਕੇ ਹੈ ਅਸੀਂ ਨਾ ਪੱਕਾ ਰਿਚੂ ਆਏ ਆ ਤੁਹਾਨੂੰ ਪਤਾ ਹੈ ਪੱਕਰ ਦੇ ਈਵਰ ਸਾਨੂੰ ਕਹਿੰਦੇ ਸੀ ਵੀ ਸਾਨੂੰ ਨੈਸ਼ਨਲ ਪਲੇਅਰਾਂ ਨਾਲ ਸਾਡੀ ਮੁਲਾਕਾਤ ਕਰਵਾਓ ਇੰਟਰਨੈਸ਼ਨਲ ਪਲੇਅਰਾਂ ਨਾਲ ਮੁਲਾਕਾਤ ਕਰਵਾਓ ਬੜੀ ਖੁਸ਼ੀ ਹੋਈ ਤੁਹਾਨੂੰ ਮਿਲ ਕੇ ਤੁਸੀਂ ਗੇਮ ਦਾ ਆਗਾਜ਼ ਕਿਵੇਂ ਕੀਤਾ ਸੀ ਕਬੱਡੀ ਦਾ ਆਗਾਜ਼ ਜੀ ਭਾਜੀ ਮੈਂ ਕਬੱਡੀ ਦਾ ਆਗਾਜ਼ 2000 ਤੇ 800 ਕੀਤਾ ਤੇ ਆਪਣੇ ਦਿਹਾਤ ਵੱਲੋਂ ਖੇਲੇ ਆ ਉਸ ਤੋਂ ਬਾਅਦ ਕਾਲਜ ਵੱਲੋਂ ਖੇਲੇ ਆ ਸਕੂਲ ਵੱਲੋਂ ਤੇ ਨਹੀਂ ਮੌਕਾ ਮਿਲਿਆ ਹੈਗਾ ਖੇਡਣ ਦਾ ਲੇਕਿਨ ਫਿਰ ਕਾਲਜ ਦੇ ਵਿੱਚ ਚਲੇ ਗਏ ਆ ਤੇ ਸਭ ਤੋਂ ਪਹਿਲੇ ਜਿਹੜਾ ਵਾ ਮੈਂ ਤੁਹਾਡਾ ਬਹੁਤ ਜ਼ਿਆਦਾ ਮਸ਼ਕੂਰ ਹਾਂ ਕਿ ਤੁਸੀਂ ਆਏ ਹੋ ਇੰਟਰਵਿਊ ਕਰਨ ਮੇਰਾ ਉਸ ਤੋਂ ਬਾਅਦ ਭਾਈ ਆ ਮੇਰਾ ਜਵੇਦ ਅਲੀ ਸ਼ਹੀਦ ਉਹ ਮਾਸ਼ਾਅੱਲਾ ਆਰਮੀ ਦੇ ਵਿੱਚ ਸਿ ਬਹਿਕ ਮੈਕਮੇਲੋਂ ਸ਼ਹੀਦ ਹੋ ਗਏ ਉਹ ਹੀ ਮੇਰੇ ਸਤਾਦ ਸੀ ਬੇਸ਼ੱਕ ਉਹਨਾਂ ਕੋਈ ਮੈਂ ਆਪਣੀ ਗੇਮ ਸਟਾਰਟ ਕੀਤੀ ਹੈ ਉਸ ਤੋਂ ਬਾਅਦ ਫਿਰ ਉਹ ਜਦੋਂ ਸ਼ਹੀਦ ਹੋਏ ਨੇ ਫਿਰ ਮੈਂ ਗੇਮ ਤੋਂ ਕਾਫੀ ਤਕਰੀਬਨ ਡੇਢ ਦੋ ਸਾਲ ਹਟਿਆ ਰਿਹਾ ਹਾਂ ਪਿੱਛੇ ਰਿਹਾ ਹਾਂ ਉਸ ਤੋਂ ਬਾਅਦ ਮੈਂ ਭਾਈ ਆਬਾਸ ਬੱਟ ਦੇ ਕੋਲ ਗਿਆ ਉਹਨਾਂ ਕੋ ਜਾ ਕੇ ਫਿਰ ਮੈਂ ਸਟਾਰਟ ਕੀਤੀ ਆਪਣੀ ਕਬੱਡੀ ਅੱਛਾ ਇੰਨੀ ਜਲਦੀ ਇੱਕ ਨੈਸ਼ਨਲ ਦਾ ਹਿੱਸਾ ਬਣਨਾ ਬਹੁਤ ਹੀ ਮੁਸ਼ਕਿਲ ਹੈ ਮੈਕਮੇਂ ਦੇ ਬੰਦੇ ਵਾਸਤੇ ਕਿਉਂਕਿ ਮੈਕਮੇਂ ਚ ਐਂਟਰੀ ਕਰਾਣੀ ਬਹੁਤ ਮੁਸ਼ਕਿਲ ਹੈ ਤੇ ਤੁਸੀਂ ਕਿਵੇਂ ਆਗਾਜ਼ ਕੀਤਾ ਮੈਕਮੇਂ ਚ ਤੁਹਾਡੀ ਐਂਟਰੀ ਇਨੀ ਸ਼ਾਨਦਾਰ ਐਂਟਰੀ ਕਿਵੇਂ ਹੋਈ ਮੈਂ ਭਾਜੀ ਪਹਿਲੇ ਕਾਲਜ ਲੋ ਖੇਡਦਾ ਰਿਹਾ ਆਂ ਕਬੱਡੀ ਦਾ ਜਿਹੜੇ ਜਗ੍ਹਾ ਤੇ ਅਸੀਂ ਬੈਠੇ ਆਂ ਕਬੱਡੀ ਦਾ ਦਿਲ ਹੈ ਇੱਥੋਂ ਕਬੱਡੀ ਆਗਾਜ਼ ਹੋਈ ਆ ਨਾਲ ਨਾਲ ਦੇ ਪਿੰਡ ਨੇ ਉੱਥੋਂ ਵੱਡਿਆਂ ਨੂੰ ਵੇਖਦੇ ਸਾਂ ਸ਼ੌਕ ਪੈਦਾ ਹੋ ਗਿਆ ਕਬੱਡੀ ਦਾ ਫੇਰ ਕਾਲਜ ਲੋ ਚਲੇ ਗਏ ਆ ਕਾਲਜ ਲੋ ਖੇលਦੇ ਰਹੇ ਆਂ ਬੀਸ ਪੀਰੀਅਰ ਗਰੁੱਪ ਆਫ ਕਾਲਜ ਜੜਾਂ ਵਾਲੇ ਰੋਡ ਤੇ ਉਹਨਾਂ ਨਾਲੋਂ ਮੈਂ ਖੇលਿਆ ਫਿਰ ਮਹਿਕਮੇ ਦੇ ਵਿੱਚ ਗਿਆ ਵਾਂ ਮਹਿਕਮੇ ਦੇ ਵਿੱਚ ਜਾ ਕੇ ਆਪਣੇ ਦੇ ਵਿੱਚ ਆਗਾਜ਼ ਕੀਤਾ ਕੁਸ਼ਤੀ ਵੀ ਸਿੱਖੀ ਆ ਕਬੱਡੀ ਵੀ ਸਿੱਖੀ ਆ ਬਹੁਤ ਅੱਛੇ ਹੋਣ ਹਰ ਉਸਤਾਦ ਮਿਲੇ ਨੇ ਉੱਥੇ ਉਹਨਾਂ ਨੇ ਇੱਥੋਂ ਤੱਕ ਪਹੁੰਚਾਇਆ ਫਿਰ ਅੱਗੇ ਕੈਂਪ ਲੈਵਲ ਤੱਕ ਚਲੇ ਗਏ ਆ ਫਿਰ ਉੱਥੇ ਉਸਤਾਦ ਜਿਹੜੇ ਨੇ ਬਹੁਤ ਬਹੁਤ ਅੱਛੇ ਮਿਲੇ ਨੇ ਉਸਤਾਦ ਇਸ਼ਫਾਕ ਪੱਠਾ ਮਿਲਿਆ ਮੈਨੂੰ ਉਹਨਾਂ ਨੇ ਮਤਲਬ ਕਬੱਡੀ ਜਿਹੜੀ ਆ ਪਹਿਲੇ ਜਾਣਦੇ ਸਾਂ ਉਹਨੇ ਸੋ ਹੈਲਪ ਕੀਤੀ ਆ ਨਾਲ ਫਿਰ ਆਪਣੀ ਮਿਹਨਤ ਦੇ ਸਿਰ ਦੇ ਉੱਤੇ ਮਿਹਨਤ ਕੀਤੀ ਆ ਨਮਾਜ਼ ਪੜੀਦੀ ਸੀ ਦੁਆ ਕਰੀਦੀ ਸੀ ਕਿ ਯਾ ਅੱਲਾ ਤੂੰ ਹੀ ਅੱਗੇ ਖੜਨਾ ਹੈ ਤੇ ਜਿਹੜਾ ਖੇਲਦਾ ਵਾ ਜੇ ਤੇ 4 ਦਿਨ ਜਦੋਂ ਚੰਗਾ ਖੇਲਦਾ ਹੈ ਹਰ ਬੰਦਾ ਤਾਰੀਫ ਕਰਦਾ ਹੈ ਤੇ 4 ਦਿਨ ਗੇਮ ਤੋਂ ਬੰਦਾ ਪਿੱਛੇ ਹਟ ਜੇ ਫਿਰ ਹਰ ਬੰਦਾ ਨੂੰ ਬੁਰਾ ਭਲਾ ਕਹਿਣ ਲੱਗ ਪੈਂਦਾ ਮੈਂ ਜਾਣਾਂ ਕਿ ਯਾਰ ਕਬੱਡੀ ਦੀ ਐਂਟਰੀ ਕੀਤੀ ਆ ਬਹੁਤ ਅੱਛੀ ਐਂਟਰੀ ਸੀ ਉਹ ਅਰੂਜ ਹੈ ਹੁਣ ਵੀ ਅਰੂਜ ਹੈ ਅੱਲਾ ਦਾ ਸ਼ੁਕਰ ਹੈ ਆਪਣੀ ਪ੍ਰੈਕਟਿਸ ਕਰੀ ਦੀ ਹੈ ਲੇਕਿਨ ਇੱਕ ਮੈਚ ਮੇਂ ਵਾਸਤੇ ਕਰੀ ਦੀ ਹੈ ਹੁਣ ਆਪਣੇ ਏਰੀਆ ਵਾਸਤੇ ਨਹੀਂ ਤੁਸੀਂ ਨਾ ਬਹੁਤ ਅਸਾ ਕਬੱਡੀ ਤੋਂ ਦੂਰ ਰਹੇ ਹੋ ਸ਼ਾਨਦਾਰ ਨੈਸ਼ਨਲ ਦਾ ਹਿੱਸਾ ਬਣ ਕੇ ਪਲੇਅਰਾਂ ਦਾ ਇੰਟਰਨੈਸ਼ਨਲ ਪਲੇਅਰਾਂ ਨਾਲ ਜਦੋਂ ਬੰਦਾ ਨੈਸ਼ਨਲ ਖੇਡਦਾ ਹੈ ਗੇਮ ਵਿੱਚ ਇਜ਼ਾਫਾ ਹੁੰਦਾ ਹੈ ਤੁਹਾਡੀ ਦੂਰੀ ਦਾ ਕੀ ਮਕਸਦ ਸੀ ਪਾਜੀ ਉਦੋਂ ਮੇਰੇ ਇੰਜਰੀ ਹੋ ਗਏ ਸੱਟ ਲੱਗ ਗਈ ਮੇਰੇ ਤੇ 60 ਤੋਂ ਬਾਅਦ ਬਈ ਤਕਰੀਬਨ 2 ਸਾਲ ਮੈਂ ਬਿਲਕੁਲ ਗੇਮ ਤੋਂ ਸਾਈਡ ਤੇ ਰਹਾ ਮੇਰਾ ਬਾਜ਼ੂ ਉਤਰ ਗਿਆ ਸੀ ਫਿਰ ਉਸ ਤੋਂ ਬਾਅਦ ਮੇਰੇ ਕੋਲ ਐਕਸੀਡੈਂਟ ਹੋ ਗਿਆ ਸੀ ਛੋਟਾ ਜਿਹਾ ਉਹਦੇ ਵਿੱਚ ਵੀ ਮੈਨੂੰ ਇਜਰੀ ਹੋ ਗਿਆ ਸੀ ਮੈਂ ਫਿਰ 2-1.5 2 ਸਾਲ ਮੈਂ ਤਕਰੀਬਨ ਗੇਮ ਤੋਂ ਪਿਛੇ ਰਹਾ ਹਾਂ ਉਸ ਤੋਂ ਬਾਅਦ ਮੈਂ ਆਪਣੀ ਮਿਹਨਤ ਸ਼ੁਰੂ ਕੀਤੀ ਆ ਮਹਿਕਮਾ ਸਾਡਾ ਅਲਹਮਦੁਲਿਲਾ ਇਸ ਤਰ੍ਹਾਂ ਦਾ ਹੈ ਕਿ ਸਾਨੂੰ ਉਹ ਨਹੀਂ ਪੁੱਛਦੇ ਹੈਗੇ ਆਪਣੀ ਮਿਹਨਤ ਕਰੀਦੀ ਆਪਣੇ ਮਹਿਕਮੇ ਲੋ ਖੇਡਣ ਵਾਸਤੇ ਹੁਣ ਆਪਣੇ ਦਿਹਾਤ ਲੋ ਜਾਂ ਆਪਣੇ ਏਰੀਏ ਵਾਸਤੇ ਕਬੱਡੀ ਖੇਡਣ ਵਾਸਤੇ ਨਾ ਬੜੀ ਜ਼ਿਆਦਾ ਮਿਹਨਤ ਚਾਹੀਦੀ ਹੈ ਸਾਨੂੰ ਹੁਣ ਆਪਣੀ ਸ਼ਾਦੀ ਹੋ ਗਈ ਆ ਬੱਚੇ ਵੀ ਨੇ ਅਲਹਮਦੁਲਿਲਾ ਲੈਕਿਨ ਉਹਨਾਂ ਵਾਲੇ ਵੀ ਵੇਖੀਦਾ ਹੈ ਫਿਰ ਕਈ ਜਗ੍ਹਾ ਤੇ ਆਪਣੀਆਂ ਜ਼ਰੂਰਤਾਂ ਦਾ ਵੀ ਗਲਤ ਬਵਾ ਦਈਦਾ ਹੈ। ਕਾਫੀ ਇੰਟਰਨੈਸ਼ਨਲ ਪਲੇਅਰਾਂ ਨਾਲ ਤੁਸੀਂ ਕਬੱਡੀ ਖੇਡੇ ਹੋ ਪਾਕਿਸਤਾਨ ਦੇ ਵਿੱਚ ਕਿਹੜੇ ਇੰਟਰਨੈਸ਼ਨਲ ਪਲੇਅਰ ਨਾਲ ਕਬੱਡੀ ਖੇਡ ਕੇ ਤੁਹਾਨੂੰ ਮਜ਼ਾ ਆਇਆ ਹੈ? ਮੈਂ ਭਾਈ ਸ਼ਫੀਕ ਭੱਟ ਉਹਨਾਂ ਦੇ ਨਾਲ ਪ੍ਰੈਕਟਿਸ ਵੀ ਕੀਤੀ ਔਰ ਉਹਨਾਂ ਦਾ ਬੜਾ ਵੱਡਾ ਫੈਨ ਵੀ ਸਾਂ। ਮੈਨੂੰ ਬਹੁਤ ਪਿਆਰਾ ਪਲੇਅਰ ਲੱਗਿਆ ਭਾਈ ਸ਼ਫੀਕ ਭੱਟ ਮਲਕਾ ਕੋਹਾਲਾ ਤੋਂ। ਤੇ ਉਸ ਤੋਂ ਬਾਅਦ ਉਹਨਾਂ ਦੇ ਨਾਲ ਰਹਿ ਕੇ ਸਿੱਖਿਆ ਵੀ ਬੜਾ ਕੁਝ ਹੈ। ਔਰ ਉਹਨਾਂ ਦੇ ਨਾਲ ਕਾਫੀ ਮਤਲਬ ਦੋਸਤੀ ਵੀ ਹੈ ਗਈ ਹੈ ਭਾਈ ਸ਼ਫੀਕ ਭਟਨੇ ਤੇ ਜਿਹੜਾ ਉਹਨਾਂ ਦੇ ਕੋਲੋਂ ਹੀ ਸਾਰਾ ਕੁਝ ਸਿੱਖਿਆ ਅਸੀਂ ਨਾ ਜਦੋਂ ਕੋਈ ਸਪੋਰਟਸ ਸਟਾਰਟ ਕਰਦੇ ਆ ਸਾਡਾ ਇੱਕ ਆਈਡੀਆਲ ਹੁੰਦਾ ਹੈ ਕਿ ਅਸੀਂ ਉਹਦੇ ਵਰਗਾ ਹੀ ਬਣਨਾ ਹੈ ਉਹ ਤੋਂ ਥੱਲੇ ਨਹੀਂ ਜਾਣਾ ਅਸੀਂ ਉਹਦੇ ਵਰਗੀ ਟ੍ਰੇਨਿੰਗ ਕਰਨੀ ਉਹਦੇ ਵਰਗਾ ਬਣਨਾ ਤੁਹਾਡਾ ਆਈਡੀਆਲ ਕੀ ਸ਼ਫੀਕ ਭਾਟੀ ਸੀ ਮੇਰੇ ਉਸਤਾਦ ਤੇ ਭਾਈ ਜਵੇਦ ਅਲੀ ਸ਼ਹੀਦ ਸੀ ਉਹਨਾਂ ਤੋਂ ਬਾਅਦ ਭਾਈ ਅਬਾਸ ਭਟਨੇ ਮੇਰੇ ਉਹਨਾਂ ਦੇ ਕੋਲ ਜਾ ਕੇ ਆਪਣੀ ਮਿਹਨਤ ਦਾ ਮਿਹਨਤ ਕਰਦਾ ਰਿਹਾ ਹਾਂ ਜੋ ਵੀ ਅੱਗੇ ਨਿਕਲੇ ਮੇਰੇ ਵਾਸਤੇ ਉਹਨਾਂ ਨੇ ਬਹੁਤ ਕੁਝ ਕੀਤਾ ਹੈ ਭਾਈ ਬਾਸ ਬੱਟ ਨੇ ਭਾਜੀ ਮੈਂ ਭਾਜੀ ਮੇਰੇ ਜਿਹੜੇ ਆਈਡੀਅਲ ਸੀ ਉਹ ਭਾਈ ਸ਼ਫੀਕ ਬੱਟ ਸੀ ਕਿਉਂਕਿ ਭਾਈ ਬਾਸ ਪੱਟ ਦੇ ਵੀ ਉਹ ਸ਼ਗਿਰਦ ਰਹੇ ਨੇ ਤੇ ਉਹਨਾਂ ਦੇ ਸ਼ਗਿਰਦ ਵੀ ਨੇ ਬੜੇ ਤਾਬੇਦਾਰ ਵੀ ਸੀ ਤੇ ਮੈਂ ਉਹਨਾਂ ਵਰਗਾ ਚਾਹੁੰਦਾ ਸੀ ਕਿ ਮੈਂ ਉਹਨਾਂ ਵਰਗਾ ਬਣਾ ਉਹਨਾਂ ਵਰਗੀ ਗੇਮ ਕਰਾਂ ਬੜੇ ਪਿਆਰੇ ਪਲੇਅਰ ਨੇ ਔਰ ਉਸ ਤੋਂ ਬਾਅਦ ਜਾਫੀ ਜਿਹੜੇ ਸੀ ਵੀ ਇਸਕ ਮੈਂ ਜਾਫੀ ਹਾਂ ਤੇ ਜਾਫੀ ਭਾਈ ਮਸ਼ਰਫ ਜੰਝੂਆ ਮੇਰੇ ਫੇਵਰੇਟ ਨੇ ਤੇ ਉਸ ਤੋਂ ਬਾਅਦ ਅਗਰ ਫੇਵਰੇਟ ਨੇ ਦੇ ਫਰਮਾਨੀ ਮਲੀ ਆ ਕਿਉਂਕਿ ਉਹ ਮੇਰੇ ਡਿਪਾਰਟ ਦਾ ਹਿੱਸਾ ਵੀ ਨੇ ਇਕੱਠੇ ਰਹਿਨੇ ਆ ਤੇ ਉਹਨਾਂ ਦੇ ਨਾਲ ਬੜਾ ਪਿਆਰ ਆ ਤੇ ਉਹਨਾਂ ਦੀ ਗੇਮ ਬਹੁਤ ਪਸੰਦ ਆ ਅੱਛਾ ਅਗਰ ਕਬੱਡੀ ਦੀ ਗੱਲ ਕਰੀਏ ਤੇ ਲਹਿੰਦੇ ਪੰਜਾਬ ਤੇ ਚੜ੍ਹਦੇ ਪੰਜਾਬ ਦੀ ਬੜੀ ਕਬੱਡੀ ਹੈ ਤੇ ਤੁਸੀਂ ਇਹਦੇ ਵਿੱਚ ਫਰਕ ਦੱਸ ਸਕਦੇ ਹੋ ਵੀ ਇੰਡੀਆ ਦੇ ਵਿੱਚ ਪਾਕਿਸਤਾਨ ਦੇ ਵਿੱਚ ਕੀ ਫਰਕ ਹੈ ਸਾਡੀ ਕਬੱਡੀ ਦੇ ਵਿੱਚ ਭਾਜੀ ਲੈਂਦਾ ਪੰਜਾਬ ਜਿਹੜਾ ਆਪਣਾ ਉਹਦੇ ਵਿੱਚ ਫਰਕ ਇਹ ਆ ਕਿ ਵੇਖੋ ਚਾਰ ਦਿਨ ਆਪਾਂ ਕੋਈ ਵੀ ਪਲੇਅਰ ਆ ਕਬੱਡੀ ਖੇលਦਾ ਹੈ ਉਹਨੂੰ ਥੋੜਾ ਜਿਹਾ ਕਬੱਡੀ ਖੇਲ ਨਹੀਂ ਆਉਂਦੀ ਆ ਤੇ ਉਹਨੂੰ ਕੋਈ ਨਾ ਕੋਈ ਡਿਪਾਰਟ ਲੈ ਲੈਂਦਾ ਹੈ ਉਹ ਆਪਣੀ ਡਿਪਾਰਟ ਵੱਲੋਂ ਖੇਲਦਾ ਹੈ ਇੱਕ ਉਹਦੀ ਰੋਜ਼ੀ ਲੱਗ ਜਾਂਦੀ ਆ ਇੱਕ ਉਸ ਤੋਂ ਬਾਅਦ ਉਹ ਆਪਣਾ ਸ਼ੌਕ ਵੀ ਪੂਰਾ ਹੁੰਦਾ ਰਹਿੰਦਾ ਹੈ ਤੇ ਜਿਹੜਾ ਚੜਦਾ ਪੰਜਾਬ ਹੈ ਉਹਦੇ ਵਿੱਚ ਅਸੀਂ ਗਏ ਤੇ ਨਹੀਂ ਇੰਡੀਆ ਦੇ ਵਿੱਚ ਲੇਕਿਨ ਇਹ ਆ ਕਿ ਦੇਖਦੇ ਰਹਿੰਨੇ ਆ ਪਲੇਅਰਾਂ ਦੇ ਇੰਟਰਵਿਊ ਸੁਣਦੇ ਰਹਿੰਨੇ ਆ ਕਿ ਉਹਦੇ ਵਿੱਚ ਇਹ ਆ ਕਿ ਉਹਨਾਂ ਦੇ ਬੜੇ-ਬੜੇ ਅੱਛੇ ਪਲੇਅਰ ਨੇ ਜਿਨ੍ਹਾਂ ਨੇ ਬਾਹਰ ਵੀ ਜਾ ਕੇ ਖੇਲੇ ਆ ਕਈਆਂ ਜਗ੍ਹਾ ਤੇ ਬਹੁਤ-ਬਹੁਤ ਅੱਛੀ ਪਰਫਾਰਮੈਂਸ ਦਿੱਤੀ ਹੈ ਲੇਕਿਨ ਉਹ ਕਿਸੇ ਮੈਕਮੇ ਦਾ ਹਿੱਸਾ ਨਹੀਂ ਹੈ ਉਹਨਾਂ ਜੋ ਕਮਾਉਣਾ ਉਹ ਹੀ ਖਾਣਾ ਹੈ ਤੇ ਸਾਡੇ ਪਲੇਅਰ ਇਸ ਤਰ੍ਹਾਂ ਦੇ ਨੇ ਕਿ ਚਾਰ ਦਿਨ ਅਸੀਂ ਕਬੱਡੀ ਖੇល ਗਏ ਅੱਛੀ ਜਿਹੜੇ ਨੂੰ ਮਤਲਬ ਖੇਲ ਨਹੀਂ ਆਉਂਦੀ ਮਾਸ਼ਾਅੱਲਾ ਅਸੀਂ ਤੇ ਕੁਝ ਵੀ ਨਹੀਂ ਬਹੁਤ-ਬਹੁਤ ਅੱਛੇ ਪਲੇਅਰ ਨੇ ਤੇ ਉਹਨਾਂ ਜਿਨ੍ਹਾਂ ਨੂੰ ਚਾਰ ਦਿਨ ਕਬੱਡੀ ਖੇਲਣੀ ਆ ਜੇ ਉਹ ਫਿਰ ਕਿਸੇ ਨਾ ਕਿਸੇ ਡਿਪਾਰਟ ਦਾ ਹਿੱਸਾ ਬਣ ਜਾਂਦੇ ਨੇ ਸ਼ਕੀਲ ਜੱਟ ਇੰਟਰਨੈਸ਼ਨਲ ਕਬੱਡੀ ਪਲੇਅਰ ਅਲਾਪਾਗ ਉਹਨਾਂ ਨੂੰ ਜੰਨਤ ਫਿਰਦੌਸ ਹੀ ਚਾਹਲਾ ਮਕਾਮ عطا ਫਰਮਾਵੇ ਉਹ ਸਾਡੇ ਵਿੱਚ ਨਹੀਂ ਰਹਿ। ਕਈ ਬੰਦੇ ਕਹਿੰਦੇ ਨੇ ਕਿ ਮਹਿਕਮਿਆਂ ਨੂੰ ਐਂਟਰੀ ਗਰਾਊਂਡ 'ਚ ਨਹੀਂ ਸੀ ਕਰਨੀ ਚਾਹੀਦੀ ਕਿਸੇ ਨੂੰ ਕੋਈ ਕਹਿੰਦਾ ਹੈ ਫੈਡਰੇਸ਼ਨ ਤੇ ਗੱਲ ਕਰਦਾ ਕੋਈ ਕੋਚਾਂ ਤੇ ਪਲੇਅਰਾਂ ਤੇ ਗੱਲ ਕਰਦਾ ਤੁਹਾਡਾ ਜ਼ੇਨ ਕੀ ਕਹਿੰਦਾ ਹੈ ਕਿ ਜਦੋਂ ਫੌਤ ਹੋਏ ਨੇ ਤੇ ਕੀ ਕਰਨਾ ਚਾਹੀਦਾ ਸੀ ਉਸ ਟਾਈਮ ਇਹਨਾਂ ਨੂੰ ਕੀ ਕੀ ਕਰਨਾ ਚਾਹੀਦਾ ਸੀ ਕੀ ਫੈਸਲੇ ਕਰਨੇ ਚਾਹੀਦੇ ਸੀ ਇਸ ਨੈਸ਼ਨਲ ਦੇ ਬਾਰੇ ਮੇਰਾ ਤੇ ਇਹ ਹੀ ਹੈ ਜੀ ਵੇਖੋ ਕਿ ਉਹ ਇੱਕ ਮਹਿਕਮੇ ਦਾ ਹਿੱਸਾ ਸੀ ਔਰ ਉਸ ਪਲੇਅਰ ਨੇ ਕਬੱਡੀ ਵਾਸਤੇ ਬਹੁਤ ਕੁਝ ਕੀਤਾ ਹੈ ਔਰ ਬਹੁਤ ਹੀ ਅੱਛਾ ਪਲੇਅਰ ਸੀ ਸਾਡਾ ਉਹ ਤੇ ਇਨਸਾਨ ਵੀ ਬਹੁਤ ਅੱਛਾ ਸੀ ਮਜ਼ਾਈਆ ਇਨਸਾਨ ਸੀ ਚਲਾ ਗਿਆ ਦੁਨੀਆ ਤੋਂ ਤੇ ਹਰ ਦਿਲ ਦੇ ਵਿੱਚ ਉਹ ਵਸਿਆ ਹੈ ਬਿਲਕੁਲ ਜੀ ਕੋਈ ਵੀ ਮਤਲਬ ਅਸੀਂ ਇੱਕ ਪੇਜ ਖੋਲਦੇ ਹਾਂ ਸੋਸ਼ਲ ਮੀਡੀਆ ਦਾ ਤੇ ਉਹਦੇ ਉੱਤੇ ਸ਼ਕੀਲ ਜਾਟੀ ਆ ਰਿਹਾ ਹੈ ਕਿਉਂਕਿ ਜਿੰਨਾ ਉਹ ਆਵਾਮ ਨੂੰ ਪਸੰਦ ਕਰਦੇ ਸੀ ਆਵਾਮ ਉਹਨਾਂ ਨੂੰ ਦੋਗਣਾ ਪਸੰਦ ਕਰਦੀ ਹੈ ਤੇ ਮੈਂ ਤੇ ਇਹੀ ਆਨਾ ਹੈ ਕਿ ਜਿੱਦਾਂ ਮੈਚ ਸੀ ਮਤਲਬ ਅਗਰ ਬਾਰਿਸ਼ ਹੋ ਜਾਂਦੀ ਏ ਤੇ ਫਿਰ ਵੀ ਉਹ ਡਿਲੇ ਹੋਣਾ ਸੀ ਬਿਲਕੁਲ ਅੱਲਾ ਨਾ ਕਰੇ ਜਿਹੜੇ ਉੱਤੇ ਅਫਸਰਾਨ ਹਜ਼ਰਤ ਸੀ ਜਿਹੜੇ ਕਰਵਾ ਰਹੇ ਸੀ ਉਹਨਾਂ ਦੇ ਨਾਲ ਕੋਈ ਇਸ ਤਰ੍ਹਾਂ ਦਾ ਮੌਕਾ ਆ ਜਾਂਦਾ ਤੇ ਫਿਰ ਵੀ ਉਹਨਾਂ ਨੇ ਡਿਲੇ ਕਰ ਦੇਣਾ ਸੀ ਬਿਲਕੁਲ ਕਰਦੇ ਸੀ ਤੇ ਉਹਨਾਂ ਨੇ ਕਬੱਡੀ ਵਾਸਤੇ ਸਾਰਾ ਕੁਝ ਕੀਤਾ ਹੈ ਕਬੱਡੀ ਵਾਸਤੇ ਉਹ ਆਪਣੇ ਆਪ ਨੂੰ ਭੁੱਲੇ ਰਹੇ ਨੇ ਆਪਣੇ ਖਾਸ ਜਿਹੜੇ ਨੇ ਉਹਨਾਂ ਨੂੰ ਭੁੱਲ ਕੇ ਉਹਨਾਂ ਸਾਰਾ ਕੁਝ ਕਬੱਡੀ ਵਾਸਤੇ ਕੀਤਾ ਹੈ ਤੇ ਫਿਰ ਇਹਨਾਂ ਨੂੰ ਡਿਲੇ ਕਰਨਾ ਚਾਹੀਦਾ ਸੀ ਮੈਚ ਡਿਲੇ ਕਰਕੇ ਅੱਗੇ ਕਰ ਦਿੰਦੇ ਉਹਦਾ ਜਨਾਜ਼ਾ ਪੜਦੇ ਸਾਰੇ ਸੀਨੀਅਰ ਹਜ਼ਰਤ ਨੇ ਅਸੀਂ ਕਿਸੇ ਨੂੰ ਕੋਈ ਮਤਲਬ ਨਾਮਨੇਟ ਨਹੀਂ ਕਰ ਰਹੇ ਹੈਗੇ ਕਿ ਇਹਨੇ ਕਿਉਂਕਿ ਜਿਹੜੇ ਗਏ ਨੇ ਜਨਾਜ਼ੇ ਤੇ ਉਹਨਾਂ ਦਾ ਵੀ ਪਿਆਰ ਸੀ ਜਿਹੜੇ ਨਹੀਂ ਗਏ ਤੇ ਉਹ ਅਸੀਂ ਆਨੇ ਕੋ ਉਹਨਾਂ ਨੂੰ ਜਾਣਾ ਚਾਹੀਦਾ ਸੀ ਕਿਉਂਕਿ ਉਹਨਾਂ ਦਾ ਇਸ ਮੌਕੇ ਤੇ ਜਾਣਾ ਬਣਦਾ ਅਗਰ ਗਏ ਹੀ ਨਹੀਂ ਸੀ ਠੀਕ ਹੈ ਨਹੀਂ ਗਏ ਹੋ ਮਜਬੂਰੀ ਬਣ ਗਈ ਉਹਨਾਂ ਦੀ ਜਾਂ ਕੋਈ ਲੇਕਿਨ ਉਹਨਾਂ ਨੂੰ ਫਿਰ ਮੈਚ ਇਸ ਤਰੀਕੇ ਦੇ ਨਾਲ ਖੇਲਣਾ ਚਾਹੀਦਾ ਸੀ ਕਿ ਹਰ ਮੌਕੇ ਦੇ ਉਤੇ ਉਹਨਾਂ ਨੂੰ ਸ਼ਕੀਲ ਨੂੰ ਯਾਦ ਰੱਖਣਾ ਚਾਹੀਦਾ ਸੀ ਖੇਲ ਦੇ ਬਾ ਇਸ ਤਰੀਕੇ ਦੇ ਨਾਲ ਉੱਥੇ ਚਲੇ ਜਾਂਦੇ ਘਰ ਐ ਲੋਡੀਆਂ ਪਾਉਣੀਆਂ ਭੰਗੜੇ ਪਾਉਣੇ ਯਾਰ ਖੇਲ ਕੇ ਜਿੱਤੇ ਨੇ ਜਿੱਤ ਕੇ ਖੁਸ਼ੀ ਤੇ ਹੁੰਦੀ ਹੈ ਲੇਕਿਨ ਇੱਕ ਪਾਸੇ ਖੁਸ਼ੀ ਹੋਵੇ ਇੱਕ ਪਾਸੇ ਗਮ ਹੋਵੇ ਤੇ ਫਿਰ ਗਮ ਨੂੰ ਵੇਖਣਾ ਚਾਹੀਦਾ ਖੁਸ਼ੀ ਹੋਣਾ ਹੈ ਭਾਜੀ ਸ਼ਕੀਲ ਜੱਟ ਨਾਲ ਤੁਹਾਡੇ ਕੋਈ ਲਮਹਾਂਤ ਯਾਦਗਾਰ ਲਮਹਾਂਤ ਜਿਹੜੇ ਤੁਹਾਡੇ ਉਹਨਾਂ ਨਾਲ ਗੁਜ਼ਰੇ ਹੋਣ ਅਸੀਂ 2012 ਦੇ ਵਿੱਚ 12 ਤੋਂ ਲੈ ਕੇ 14 ਤੱਕ ਮੈਂ ਕੈਂਪ ਦੇ ਵਿੱਚ ਰਿਹਾ ਹਾਂ 11 ਦੇ ਵਿੱਚ ਮੈਂ ਐਂਟਰੀ ਕੀਤੀ ਆ ਤੇ 14 ਤੱਕ ਮੈਂ ਕੈਂਪ ਦੇ ਵਿੱਚ ਰਿਹਾ ਹਾਂ ਤੇ ਸ਼ਕੀਲ ਦੇ ਨਾਲ ਬੜੇ ਪਿਆਰੇ ਯਾਦਗਾਰ ਲਮਹੇ ਆਤ ਨੇ ਕਿਉਂਕਿ ਉਸ ਟਾਈਮ ਉਹ ਡਿਪਾਰਟ ਦਾ ਹਿੱਸਾ ਨਹੀਂ ਸੀ ਲੇਕਿਨ ਪੰਜਾਬ ਕਲੱਬ ਵੱਲੋਂ ਆਏ ਸੀ ਖੇਡਣ ਤੇ ਉਸ ਤੋਂ ਬਾਅਦ ਉਹਨਾਂ ਦੇ ਨਾਲ ਮਤਲਬ ਇੰਨਾ ਪਿਆਰ ਬਣ ਗਿਆ ਕਿ ਕੈਂਪ ਦੇ ਵਿੱਚ ਅਸਰ ਥੋੜਾ ਹੀ ਰਹੇ ਹਨ ਉਹਨਾਂ ਦੇ ਨਾਲ ਬਹੁਤ ਥੋੜਾ ਜਿਹਾ ਟਾਈਮ ਗੁਜ਼ਰਿਆ ਲੇਕਿਨ ਜਿੰਨਾ ਗੁਜ਼ਰਿਆ ਸਾਡੀ ਜ਼ਿੰਦਗੀ ਦਾ ਯਾਦਗਾਰ ਲਮਹੇ ਆਤ ਨੇ ਉਹਨਾਂ ਦੇ ਨਾਲ ਉਸ ਤੋਂ ਬਾਅਦ ਇੱਕ ਦੋ ਮੈਚਾਂ ਤੇ ਇਫਾਕਰ ਨਾਲ ਮੁਲਾਕਾਤ ਹੋਈ ਹੈ ਲੇਕਿਨ ਉਸ ਤਰੀਕੇ ਦੇ ਨਾਲ ਖੁੱਲ੍ਹ ਕੇ ਨਹੀਂ ਜਿਸ ਤਰ੍ਹਾਂ ਕੈਂਪ ਦੇ ਵਿੱਚ ਇੱਕ ਦੂਸਰੇ ਨਾਲ ਗੱਪਸ਼ਾ ਮਾਰਦੇ ਸਾਂ ਗੇਮ ਦੇ ਹੱਦ ਤੱਕ ਭਾਜੀ ਕਾਫੀ ਸੁਣੇ ਆ ਵੀ ਜਦੋਂ ਨਾ ਕਈ ਪਲੇਅਰਾਂ ਦੇ ਮੈਂ ਇੰਟਰਵਿਊ ਸੁਣੇ ਨੇ ਜਦੋਂ ਖਫਾ ਹੁੰਦੇ ਨੇ عوام ਤੋਂ ਪਲੇਅਰਾਂ ਤੋਂ ਖਫਾ ਹੁੰਦੇ ਨੇ ਇੱਕ ਇੰਜਰੀ ਹੋ ਜਾਂਦੀ ਏ ਕੋਈ ਰਾਬਤਾ ਨਹੀਂ ਕਰਦਾ ਜਦੋਂ ਪਲੇਅਰ ਫਿੱਟ ਹੁੰਦਾ ਫੋਨ ਆਉਂਦੇ ਨੇ ਯਾਰ ਮੈਚ ਖੇਡਣਾ ਯਾਰ ਤੂੰ ਮੇਰੇ ਕੋਲ ਰੋਟੀ ਖਾ ਮੇਰੇ ਕੋਲ ਬੈ ਹਾਸਕੇਡ ਇਹ ਮੈਂ ਕਾਫੀ ਪਲੇਅਰਾਂ ਦਾ ਸੁਣਿਆ ਹੈ ਕਿ ਜਦੋਂ ਯਾਨੀ ਕਿ ਇੰਜਰੀ ਹੋ ਜਾਵੇ ਨਾ ਕੋਈ ਯਾਨੀ ਕਿ ਸਲਾਮ ਨਹੀਂ ਲੈਂਦਾ ਲੇਕਿਨ ਦੁਨੀਆ 'ਚ ਪਹਿਲੀ ਵਾਰੀ ਯਾਨੀ ਕਿ ਮੈਂ ਅਸੀ ਮੌਤ ਵੇਖੀ ਏ ਇੱਕ ਇੱਕ ਸਾਡਾ ਯਾਨੀ ਕਿ ਚਾਨੀ ਇਹ ਮੈਂ ਸਮਝੋ ਟੁੱਟ ਗਿਆ ਤੇ ਉਹਦੇ ਪਿੱਛੇ ਕੋਈ ਜਨਾਜ਼ੇ ਤੇ ਨਹੀਂ ਗਿਆ ਤੇ ਉਹਨਾਂ ਦਾ ਜਿਹੜਾ ਬੈਕ ਇਲਾਕਾ ਹੈ ਯਾਨੀ ਕਿ ਜਿੱਥੇ ਉਹ ਰਹਿੰਦੇ ਸੀ ਉਹ ਇਲਾਕਾ ਹੈ ਉਹ ਕੀ ਸੋਚਦੇ ਹੋਣਗੇ ਉਹ ਕੀ ਉਹਨਾਂ ਦੇ ਪਿਓ ਤੇ ਦਿਲਾਂ ਤੇ ਕੀ ਆndi ਹੋਣੀ ਵੀ ਮੇਰੇ ਪੁੱਤ ਨੇ ਇੰਨੀ ਚੰਗੀ ਕਬੱਡੀ ਖੇੜੀ ਨਹੀਂ ਤੱਕੜੀ ਕਬੱਡੀ ਖੇੜੀ ਤੇ ਜਨਾਜ਼ੇ ਤੇ ਵੀ ਕੋਈ ਨਹੀਂ ਪਹੁੰਚ ਸਕਿਆ ਭਾਜੀ ਵੇਖੋ ਜਿਹੜੇ ਉਹਨਾਂ ਦੇ ਨਾਲ ਬਹੁਤ ਪਿਆਰ ਕਰਨ ਵਾਲੇ ਬੰਦੇ ਸੀ ਉਹ ਸਾਰੇ ਜਨਾਜ਼ੇ ਤੇ ਗਏ ਨੇ ਔਰ ਉਹਨਾਂ ਦਾ ਜਨਾਜ਼ਾ ਗਿਣਤੀ ਨਹੀਂ ਹੋਇਆ ਇਹਨਾਂ ਜਨਾਜ਼ਾ ਸੀ ਕਿ ਅਸੀਂ ਇਹ ਵੱਡਿਆਂ ਕੋ ਸੁਣਦੇ ਆਏ ਆ ਕਿ 40 ਬੰਦੇ ਜਿਸ ਬੰਦੇ ਦਾ ਜਨਾਜ਼ਾ ਤੇਲ ਨਾਲ ਪੜ ਲੈਣ ਉਹ ਬੰਦਾ ਜੰਨਤ ਦੇ ਵਿੱਚ ਜਾਂਦਾ ਹੈ ਤੇ ਉਹਨਾਂ ਦਾ ਤੇ ਅਨੰਗਿੰਤ ਜਨਾਜ਼ਾ ਸੀ ਜੀ ਤੇ ਜਿਹੜੇ ਨਹੀਂ ਗਏ ਉਹਨਾਂ ਨੇ ਫਿਰ ਇੱਕ ਵੱਡੀ ਦੇ ਵਿੱਚ ਵੇਖੋ ਆ ਜਾਂਦੀ ਹਾਂ ਉੱਚ ਨੀਚ ਠੀਕ ਹੈ ਇੱਕ ਡਿਪਾਰਟ ਦਾ ਹਿੱਸਾ ਸੀ ਅਸੀਂ ਕਿਸੇ ਦੇ ਅੰਡਰ ਜਦੋਂ ਡਿਊਟੀ ਕਰਦੇ ਆ ਉਹਦੇ ਫਿਰ ਅੰਡਰ ਹੀ ਅਸੀਂ ਰਹਿਣਾ ਜੋ ਉਹਨੇ ਗੈਣਾ ਹੈ ਅਸੀਂ ਉਹ ਮੰਨਣਾ ਹੈ ਬਿਲਕੁਲ ਤੇ ਸ਼ਾਇਦ ਕਿ ਦੁੱਖ ਸਿਰਫ ਇਸ ਗੱਲ ਦਾ ਹੋਇਆ ਹੈ ਕਿ ਚਲੋ ਜੇ ਅਗਰ ਨਹੀਂ ਜਾ ਸਕੇ ਯਾਰ ਕਮਜ਼ ਕਮ ਮੈਚ ਦੇ ਦੌਰਾਨ ਥੋੜੀ ਜੀ ਖਮੋਸ਼ੀ ਕਰ ਦੇ ਭਾਜੀ ਕਮੈਂਟਰੀ ਮੈਂ ਸਾਰੇ ਮੈਚਾਂ ਦੀ ਸੁਣੀ ਹੈ ਤੁਸੀਂ ਵੀ ਸੁਣੀ ਹੋਣੀ ਸਾਰੇ ਜਿਹੜੇ ਕਬੱਡੀ ਨੂੰ ਚਾਹਣ ਵਾਲੇ ਨੇ ਸਾਰਿਆਂ ਨੇ ਕਬੱਡੀ ਖੇਡੀ ਕਬੱਡੀ ਵੇਖੀ ਵੀ ਹੈ ਸ਼ੌਂਕ ਨਾਲ ਵੇਖੀ ਕਮੈਂਟਰੀ ਦੇ ਵਿੱਚ ਵੀ ਉਹਦਾ ਜ਼ਿਕਰ ਨਹੀਂ ਆਇਆ ਤਾਂ ਇੰਡੀਆ ਦੇ ਵਿੱਚ ਵੇਖੋ ਨਾ ਵੀ ਖਮੋਸ਼ੀ ਹੋਈ ਖਮੋਸ਼ੀ ਇਖਤियार ਕੀਤੀ ਉਹਨਾਂ ਨੇ ਆਪਣੀ ਜ਼ਬਾਨ ਦੇ ਵਿੱਚ ਜਿਵੇਂ ਉਹਨਾਂ ਦਾ ਲੈਕਚਰ ਹੈ ਯਾਨੀ ਕਿ ਕੀ ਕਹਿੰਦੇ ਨੇ ਉਹਨੂੰ ਯਾਨੀ ਕਿ ਆਪਣੀ ਜ਼ੁਬਾਨ ਵਿੱਚ ਉਹਨਾਂ ਨੇ ਯਾਨੀ ਕਿ ਅਫਸੋਸ ਕੀਤਾ ਅਫਸੋਸ ਦਾ ਇਜ਼ਹਾਰ ਕੀਤਾ ਤੇ ਇੱਕ ਕਮੈਂਟਰੀ ਵੀ ਇੱਕ ਵਾਰ ਇੰਨੀ ਕਿਹਾ ਬਿਸ਼ਕੀਲ ਜੱਟ ਸੀ ਤੇ ਗੁਜ਼ਰ ਗਏ ਨੇ ਜਾਂ ਥੋੜਾ ਜਨਾ ਅਫਸੋਸ ਕੀਤਾ ਹੋਵੇ ਕਮੈਂਟਰੀ ਵਾਲੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਭਾਜੀ ਮੈਂ ਤੇ ਇਹ ਹੀ ਅਖਾਂਗਾ ਕਿ ਕਮੈਂਟਰੀ ਵਾਲੇ ਨੇ ਵੀ ਜ਼ਿਕਰ ਕਰਨਾ ਚਾਹੀਦਾ ਸੀ ਕਿਉਂਕਿ ਜਦੋਂ ਉਹ ਖੇਡਦਾ ਸੀ ਉਹਨੂੰ ਸ਼ਕੀਲ ਜੱਟ ਬੰਦੇ ਮਾਰ ਤੇ ਫਲਾਣ ਤੇ ਫਲਾਣ ਪਤਾ ਨਹੀਂ ਮਤਲਬ ਉਹਦੇ ਨਾਲ ਕਈ ਲੱਕਬ ਮਿਲ ਗਏ ਸੀ ਤੇ ਕਮੈਂਟਰੀ ਵਾਲੇ ਨੂੰ ਅਗਰ ਯਾਦ ਰੋਕੇ ਗਏ ਨੇ ਜਾਂ ਉਹਨਾਂ ਨੂੰ ਮੈਨੂੰ ਨਹੀਂ ਆਂਦਾ ਕਿ ਰੋਕੇ ਗਏ ਨੇ ਲੇਕਿਨ ਇਹ ਹੈ ਕਿ ਉਹਨਾਂ ਨੂੰ ਵੀ ਜ਼ਿਕਰ ਕਰਨਾ ਚਾਹੀਦਾ ਸੀ ਉਹੀ ਕਮੈਂਟਰੀ ਵਾਲੇ ਜਿਹੜੇ ਨੇ ਉਸ ਤੋਂ ਪਹਿਲੇ ਸ਼ਕੀਲ ਨੂੰ ਅਸਮਾਨ ਤੇ ਚੜ੍ਹ ਦਿੰਦੇ ਸੀ ਤੇ ਜਿੱਦਨ ਸ਼ਕੀਲ ਫੌਤ ਹੋਇਆ ਉਹਨਾਂ ਨੇ ਕਮੈਂਟਰੀ ਦੇ ਵਿੱਚ ਉਹਦਾ ਜ਼ਿਕਰ ਤੱਕ ਨਹੀਂ ਕੀਤਾ ਹੈਗਾ ਦੋਨਾਂ ਮੈਚਾਂ 'ਚ ਹੀ ਨਹੀਂ ਆਇਆ ਹੈਗਾ ਫਾਈਨਲ ਮੈਚ ਵੀ ਨਹੀਂ ਹੋਇਆ ਉਹ ਜਿੱਦਨ ਆਪਣਾ ਡਿਪਾਰਟ ਦਾ ਮੈਚ ਸੀ ਸ਼ਕੀਲ ਦੇ ਆਪਣੇ ਦਾ ਉਦੋਂ ਵੀ ਨਹੀਂ ਆਇਆ ਉਹਦਾ ਜ਼ਿਕਰ ਤੇ ਉਹਨਾਂ ਦਾ ਜ਼ਿਕਰ ਕਰਨਾ ਚਾਹੀਦਾ ਸੀ ਉਹਨਾਂ ਨੂੰ ਚੜ੍ਹਦੇ ਪੰਜਾਬ ਦੀ ਕਬੱਡੀ ਦੀ ਗੱਲ ਕਰੀਏ ਤੇ ਕਿਹੜੇ ਤੁਹਾਡੇ ਪਲੇਅਰ ਫੇਵਰਟ ਹੋਏ ਨੇ ਜਾਫੀ ਗਰੇਡਰ ਉਥੋਂ ਖੁਸ਼ੀ ਤੇ ਦੁੱਲਾ ਇਹਨਾਂ ਦੀ ਅਣਖ ਤੇ ਇਹਨਾਂ ਦੀ ਗੇਮ ਪਸੰਦ ਹੈ ਬਾਕੀ ਪਾਕਿਸਤਾਨ ਦੇ ਵਿੱਚ ਤੇ ਹਰ ਪਲੇਅਰ ਹੀ ਮਾਸ਼ਾਅੱਲਾ ਬਹੁਤ ਅੱਛਾ ਹੈ ਮਿਹਨਤ ਕਰਦੇ ਆ ਜਿਹਨੇ ਮਿਹਨਤ ਕਰਨੀ ਹੈ ਜੀ ਉਹਨੇ ਹੀ ਅੱਛਾ ਹੋਣਾ ਹੈ ਭਾਜੀ ਯਾਨੀ ਕਿ ਨਾ ਵੇਖੋ ਤੁਸੀਂ ਹੁਣ 12 ਸਾਲਾ 13 ਸਾਲਾ ਪਲੇਅਰ ਉੱਠ ਰਹੇ ਨੇ ਮੈਡੀਸਨ ਉਹਨਾਂ ਦੀ ਜੇਬ ਵਿੱਚ ਟ੍ਰੇਨਿੰਗ ਕਰਨ ਜਾਂਦੇ ਨੇ ਪਾਣੀ ਚ ਕੋਲ ਕੋਲ ਪੀਤੀ ਜਾਂਦੇ ਨੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਤੁਹਾਡਾ ਤਜਰਬਾ ਬਹੁਤ ਹੈ ਮੈਡੀਸਨ ਇਸਤੇਮਾਲ ਕਰਨੀ ਚਾਹੀਦੀ ਜਾਂ ਖੁਰਾਕ ਖਾ ਕੇ ਪਲੇਅਰ ਬਣਨਾ ਚਾਹੀਦਾ ਵੇਖੋ ਜੀ ਮੈਡੀਸਨ ਕੋਈ ਵੀ ਆ ਉਹ ਨੁਕਸਾਨ ਦਿੰਦੀ ਆ ਬੰਦੇ ਨੂੰ ਤੇ ਖੁਰਾਕ ਜਿਹੜੀ ਆ ਉਹ ਤੇ ਇੱਕ ਦੇਸੀ ਖੁਰਾਕ ਹੈ ਤੇ ਖੁਰਾਕ ਹੀ ਇਸਤੇਮਾਲ ਕਰਨੀ ਚਾਹੀਦੀ ਆ ਦੇਸੀ ਕਿਉਂ ਪੀਣਾ ਚਾਹੀਦਾ ਤੇ ਮੈਡੀਸਨ ਹਰ ਜਗ੍ਹਾ ਦੇ ਉੱਤੇ ਨਹੀਂ ਕੰਮ ਆਉਂਦੀ ਹੈਗੀ ਮੈਡੀਸਨ ਇਸ ਟਾਈਮ ਤੇ ਸਾਡੇ ਹਰ ਪਲੇਅਰ ਹੀ ਪਾਕਿਸਤਾਨ ਚ ਕੋਈ ਆ ਪਲੇਅਰ ਜਿਹੜਾ ਕੋਈ ਖਾਲਸ ਖਾ ਰਿਹਾ ਹੋਵੇ ਨਹੀਂ ਤੇ ਮੈਡੀਸਨ ਹੀ ਆ ਉਸ ਤੋਂ ਇਲਾਵਾ ਸਾਡੇ ਆ ਦੁੱਧ ਲੱਸੀਆਂ ਨੇ ਕੋਈ ਵੀ ਖਾਲਸ ਨਹੀਂ ਕੋਈ ਵੀ ਚੀਜ਼ ਰਹਿ ਗਈ ਹੈਗੀ ਹਰ ਚੀਜ਼ ਹੀ ਮਲਾਵਸ ਹੋ ਰਹੀ ਆ ਉਹਦੇ ਵਿੱਚ ਮਲਾਵਟ ਹੋ ਰਹੀ ਆ ਹਰ ਚੀਜ਼ ਦੇ ਵਿੱਚ ਤੇ ਪਲੇਅਰ ਨੂੰ ਵੀ ਚਾਹੀਦਾ ਹੈ ਕਿ ਆਪਣੀ ਮਿਹਨਤ ਕਰਕੇ ਤੇ ਦੇਸੀ ਖਾਣਾ ਹੀ ਖਾਵੇ ਕਿਉਂਕਿ ਜਿਹੜੀ 4 ਦਿਨ ਖੇਡਣੀ ਆ ਦੇਸੀ ਤਰੀਕੇ ਨਾਲ ਖੇਲੇ ਮੈਡੀਸਨ ਵਾਲਾ ਜਿਹੜਾ ਵਾ ਉਹਦੇ ਨਾਲ ਤੇ ਨੁਕਸਾਨ ਵੀ ਹੈਗਾ ਤੇ ਉਹਦੇ ਨਾਲ ਹਰ ਬੰਦਾ ਹੀ ਬੋਤਲ ਪਾਈ ਫਿਰਦਾ ਜੇਬ ਦੇ ਵਿੱਚ ਤੇ ਕਿਟ ਬੈਗ ਦੇ ਵਿੱਚ ਜਿੱਥੇ ਜਾਂਦੇ ਨੇ ਵਾਸਤੇ ਮੈਡੀਸਨ ਕੋਲੀ ਜਾਂ ਨਾਲ ਪੀਲੀ ਦੋਲਾ ਦੀ سپورਤ ਕਬੱਡੀ ਵਾਸਤੇ ਤੁਸੀਂ ਕੀ ਪੈਗਾਮ ਦੇਣਾ ਚਾਹੁੰਦੇ ਹੋ ਜਿਹੜੇ ਪਲੇਅਰ ਯੰਗ ਸਟਾਰ ਨੇ ਜਿਹੜੇ ਖੇਡ ਰਹੇ ਨੇ ਕਬੱਡੀ ਜਿਨ੍ਹਾਂ ਨੇ ਕਬੱਡੀ ਸਾੜੀ ਨੂੰ ਜ਼ਿੰਦਾ ਰੱਖਣਾ ਹੈ ਉਹਨਾਂ ਦੇ ਬਾਰੇ ਤੁਸੀਂ ਕੀ ਪੈਗਾਮ ਦੇਣਾ ਚਾਹੁੰਦੇ ਹੋ ਮੈਂ ਤੇ ਇਹ ਹੀ ਆਨਾਂ ਹੈ ਜੀ ਕਿ ਕਬੱਡੀ ਇੱਕ ਸਾਂਝੀ ਖੇਡ ਹੈ ਪਿੰਡਾਂ ਦੇ ਇਹਨੂੰ ਹਰ ਬੰਦਾ ਪਸੰਦ ਕਰਦਾ ਹੈ ਕਬੱਡੀ ਵੇਖੋ cricket ਹੋ ਰਹੀ ਹੋਵੇ ਜਾਂ ਕੋਈ ਐਨੀਮਲ ਲਾ ਲਓ ਕੋਈ ਵੀ ਗੇਮ ਹੈ ਉਹ ਹੋ ਰਹੀ ਹੋਵੇ ਨਾ ਤੇ ਬਾਬੇ ਨਹੀਂ ਜਾਂਦੇ ਹੈਗੇ ਵੇਖਣ ਤੇ ਕਬੱਡੀ ਹੋ ਰਹੀ ਹੋਵੇ ਤੇ ਕਬੱਡੀ ਦਾ ਮੈਚ ਅਗਰ 4 ਵਜੇ ਸਟਾਰਟ ਹੋਣਾ ਹੋਵੇ ਤੇ ਬਾਬੇ 2 ਵਜੇ ਜਾ ਕੇ ਗਰਾਊਂਡ 'ਚ ਬਹਿ ਜਾਂਦੇ ਨੇ ਆਪਣੇ ਹੋਕੇ ਵੀ ਲੈ ਜਾਂਦੇ ਫਿਰ ਬਾਬੇ ਮਤਲਬ ਉਹ ਇਨੇ ਬਾਬੇ ਇਸ ਗੇਮ ਦੇ ਫੈਨ ਨੇ ਕਿ ਉਹ ਖੁਦ ਖੇលਦੇ ਰਹੇ ਨੇ ਉਹਨਾਂ ਨੂੰ ਇਸ ਕਬੱਡੀ ਦੇ ਨਾਲ ਪਿਆਰ ਆ ਮੈਂ ਇਹ ਆਣਾ ਹੈ ਕਿ ਜਿਹੜਾ ਪਲੇਅਰ ਚਾਰ ਦਿਨ ਜੁੜਿਆ ਹੋਆ ਉਹ ਇਸ ਗੇਮ ਨਾਲ ਜੁੜੇ ਤੇ ਉਹਨੂੰ ਡਿਪਾਰਟ ਵੀ ਲੈ ਲੇਗਾ ਉਹਨੂੰ ਕੋ ਮਹਿਕਮਾ ਲੈ ਲਵੇਗਾ ਕਿਉਂਕਿ ਜਿੰਨੇ ਮਿਹਨਤ ਕਰਨੀ ਹੈ ਉਹਨੇ ਅੱਗੇ ਆ ਜਾਣਾ ਹੈ ਤੇ ਜਿਹੜਾ 4 ਦਿਨ ਖੇਡ ਕੇ ਚਲੋ ਡਿਪਾਰਟ ਉਹਦੀ ਨੌਕਰੀ ਲੱਗ ਜੇਗੀ ਨਾ ਉਸ ਤੋਂ ਬਾਅਦ ਉਹ ਬੇਫਿਕਰ ਹੋ ਗਿਆ ਅੱਲਾ ਨਾ ਕਰੇ ਇੰਜਰੀ ਹੋ ਜਾਣਾ ਉਹਦੀ ਤਨਖਾਹ ਉਹਨੂੰ ਲੱਗ ਜੇਗੀ ਉਹਦਾ ਮਹਿਕਮਾ ਦਾ ਖਿਆਲ ਰੱਖਦਾ ਹੈ ਬਹੁਤ ਸ਼ੁਕਰੀਆ ਜੀ ਅੱਲਾ ਹਫਿਜ਼ ਜੀ ਨਾਜ਼ਰੀਨ ਪਇਲ ਤਾਫ ਨਾਲ ਤੁਹਾਡੀ ਮੁਲਾਕਾਤ ਕਰਾਈ ਅਗਲੀ ਵੀਡੀਓ ਨਾਲ ਮੁਲਾਕਾਤ ਕਰਾਂਗੇ ਅੱਲਾ ਹਫਿਜ਼